ਬੜਾ ਥੋੜ੍ਹੇ ਚਿਰ ਦੋ ਮੱਛਰ ਆਇਆ ਕਰ, ਨੈੱਟ ਚਲਾਈਆ ਮੈਂ, ਨਾਲੇ ਫਿਲਮਾਂ ਜੀਆਂ ਦੇਖੀਆਂ ਵਾ, ਅਤੇ ਭੈਣ ਚੋ ਮੱਛਰ ਆਇਆ ਕਰ, ਗੁੰਡੀ ਵੱਡਾ ਕਰ, ਭੈਣ ਜੀ ਦਿਨ ਮੈਂ ਇਹ ਸਾਲਾ ਨਾ ਨੈੱਟ ਮਾਰ ਦੇਖਣ ਦਿੰਦਾ ਨਾ ਕੋ ਹੋਰ, ਮੈਂ ਇਹਨੂੰ ਮਾਰ ਮਾਰਿਆ, ਦੱਬ ਲਿਆ, ਲੈਟ ਲਾਈ ਸੀ ਮੇਰੀ, ਦੱਬ ਲਿਆ ਦੱਬ ਕੇ, ਡਾਕਟਰ ਸੁਣ ਲਾ, ਦੱਬ ਕੇ ਮੈਂ ਭਾਈ ਇੱਥੇ ਰੱਖਤਾ ਸਿਰਹਾਣੇ, ਮੈਂ ਗਿਣਤੀ ਕਰਨੀ ਆ ਭੈਣ ਜਿਹਦਾ ਵੀ ਮੋਬਾਇਲ ਨੂੰ ਰੱਖ, ਪਹਿਲਾਂ ਇਹਨਾਂ ਨੂੰ ਖਤਮਾ ਕਰ, ਮੈਂ ਭਾਈ ਕੀ ਕੀਤਾ, ਇੱਕ ਮਾਰਤਾ ਮੈਂ ਚੱਲ ਬੈਠਾ ਰਿਹਾ, ਮੈਂ ਹੁਣ ਦੂਜਾ ਵੀ ਆ, ਕੁਛ ਨਹੀਂ ਗਿਆ, ਮੈਂ ਇਹਨੂੰ ਬਹਿ ਲੈਣ ਦੇ, ਹੁਣ ਇਹ ਆਹ ਚੱਕ ਦੂਜਾ ਭਾਈ, ਹੁਣ ਮੈਂ ਹੁਣ ਦੇਖਦੇ ਹਾਂ ਭੈਣ ਜੀ, ਥੋੜ੍ਹੇ ਚਿਰ ਬਾਅਦ ਤਿੰਨ ਮੱਛਰ ਆਉਂਦੇ ਹੁੰਦੇ ਸੀਗੇ, ਤੀਜਾ ਸਾਲਾ ਗਾਇਬ ਹੋ ਗਿਆ ਭੈਣ ਜੋ, ਜਦੋਂ ਤੀਜਾ ਗਾਇਬ ਸਾਲੇ ਥੋੜ੍ਹੇ ਚਿਰ ਬਾਅਦ ਦੋ ਕੁ ਮਿੰਟ ਫਿਰ ਦੋ ਹੋਰ ਆ ਗਏ, ਜਿਹੜੇ ਉਹ ਫਿਰ ਮੈਂ ਕੀਤਾ ਹੁਣ ਸਾਲਾ ਤਿੰਨ ਮਿੰਟਾਂ ਦਾ ਮੈਂ ਤੀਜਾ ਸਾਲਾ ਸੱਦ ਕੇ ਲਿਆ, ਮੈਨੂੰ ਸੋਚਿਆ ਮੈਂ ਉਹਨਾਂ 'ਚੋਂ ਦੋ ਹੋਰ ਰਗੜ ਕੇ ਉੱਥੇ ਹੀ ਫੇਰ ਰੱਖ ਦੇ ਸਾਲੇ, ਜਦੋਂ ਸਵੇਰੇ ਮੈਂ ਗਿਣਤੀ ਕੀਤੀ ਛੱਠ ਸੱਤਰ ਮੱਛਰ ਸਿਰਹਾਣੇ ਰੱਖੀ ਗਿਆ ਮਾਰ ਮਾਰ ਕੇ, ਮੈਂ ਫੜ ਕੇ ਐਂ ਦੱਬ ਲਿਆ ਕਰ, ਉੱਥੋਂ ਫੜ ਕੇ ਸਿਰਹਾਣੇ ਰੱਖੀ ਗਿਆ, ਬੈਠਦੇ ਉੱਥੇ ਦੇ ਲਾ, ਉੱਥੇ ਬੈਠਦੇ ਉੱਥੇ ਸੀਗੇ ਥੱਲੇ ਹੋਏ, ਕਿਤੋਂ ਹੀ ਆਈ ਜਾਂਦੇ, ਤੀਜਾ ਗੈਪ ਹੁੰਦਾ ਜੀ ਭੈਣ ਦਾ ਯਾਰ, ਉਹ ਸੱਤ ਲਿਆਉਂਦਾ ਜੀ ਉਹਨਾਂ ਨੂੰ ਵੀ ਆਓ ਚੱਲੀਏ ਬੰਦੇ ਮਰ ਗਏ, ਅੱਧ ਕੀਤੀ ਕਹਾਣੀ ਹੈ ਦੇਖ ਲਾ, ਇਹਨਾਂ ਨੇ ਸੁਣਾਈ ਮਹਾਰਾਜ।